ਪਟਿਆਲਾ ਵਿੱਚ ਲਗਾਤਾਰ ਚੱਲ ਰਹੇ ਅਧਿਆਪਕਾਂ ਦੇ ਧਰਨੇ ਦੌਰਾਨ ਮਹਿਲਾ ਅਧਿਆਪਕ ਹੋਈ ਬੇਹੋਸ਼, ਜਿਸ ਨੂੰ ਨਿੱਜੀ ਗੱਡੀ ਵਿੱਚ ਹਸਪਤਾਲ ਪਹੁੰਚਾਇਆ ਗਿਆ। ਮਾਰਦੇ ਜਿਹੜੇ ਸਾਨੂੰ ਤੇ ਚੜਾਉਂਦੇ ਆ ਇਹਨਾਂ, ਜਿਹੜੇ ਵੋਟਾਂ ਪਾਉਣ ਨੂੰ ਕਹਿੰਦੇ ਆ ਪਿੰਡਾਂ ਵਾਲੇ ਬਾਦਲ ਕੈਪਟਨ ਮਾਰੀ ਜਾਂਦੇ ਆ। ਜੇ ਤਾਹਲੇ ਮਾਰਦੇ ਆ ਬਾਈ ਜੀ, ਪਹਿਲਾਂ ਥੱਲੇ ਵਾਲੇ ਇਹਨਾਂ ਨੂੰ ਖਤਮ ਕਰਨਾ ਪਊ ਪਿੰਡਾਂ ਚੋਂ। ਪ੍ਰਸ਼ਾਸਨ ਦੀ ਐਂਬੂਲੈਂਸ ਵੀ ਪਤਾ ਨਹੀਂ ਕਿੱਥੇ ਗਿਆ ਹੁਣ ਤੱਕ। ਪਾਣੀ ਪੂਣੀ ਰੱਖ ਦਿਓ, ਐਂਬੂਲੈਂਸ ਅਲਾਰਮ ਮੌਜੂਦ ਹੈ ਪਰ ਪਤਾ ਨਹੀਂ ਲੱਗਦਾ ਹੈ ਕਿੱਥੇ ਆ, ਕਿੱਥੇ ਦੂਰ ਖੜੀ ਹੋਵੇਗੀ। ਬੰਦ ਕਰੋ, ਕੰਪਨੀਆਂ ਨੂੰ ਬਾਹਰ ਕਰੋ, ਬੰਦ ਕਰੋ, ਬੰਦ।